ਆਸਟ੍ਰੇਲੀਆ ਦੇ ਵਿੱਚ ਇੱਕ ਨੌਜਵਾਨ ਨੂੰ 22 ਸਾਲ ਦੀ ਸਜ਼ਾ ਮਿਲੀ ਹੈ। ਜੀ ਹਾਂ, ਕਤਲ ਦਾ ਕੇਸ ਦੱਸਿਆ ਜਾ ਰਿਹਾ, ਇੱਕ ਲੜਕੀ ਦੇ ਕਤਲ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਪੁਲਿਸ ਵੱਲੋਂ ਉਸ ਨੂੰ 22 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਉਹ ਕੀਤੀ ਗਈ ਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੋਈ ਬੁਰਾ ਹਾਲ ਹੈਗਾ ਆ। ਉਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਉਸਦੇ ਬੱਚੇ ਨੂੰ ਇੰਡੀਆ ਭਾਰਤ ਵਿੱਚ ਲਿਆਂਦਾ ਜਾਵੇ ਅਤੇ ਇੱਥੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਅਸੀਂ ਉਸ ਆਪਣੇ ਬੱਚੇ ਨੂੰ ਮਿਲਤਾ ਸਕੀਏ। ਲੇਕਿਨ ਜੇ ਆਪਾਂ ਪਿੰਡ ਦੀ ਗੱਲ ਕਰੀਏ, ਸਰਪੰਚ ਦੀ ਗੱਲ ਕਰੀਏ, ਤਾਂ ਉਹਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈਗੀ ਆ ਅਤੇ ਸਾਨੂੰ ਤਾਂ ਪਤਾ ਨਹੀਂ ਹੈ ਕੀ ਹਾਦਸਾ ਉਹਨਾਂ ਵਾਪਰਿਆ ਹੈਗਾ, ਕਿਹੜੀ ਕੁੜੀ ਦੇ ਕਤਲ ਦੀ ਸਜ਼ਾ ਜਿਹੜੀ ਹੈਗੀ ਇਸ ਮੁੰਡੇ ਨੂੰ ਮਿਲੀ ਹੈਗੀ ਆ। ਇਸ ਦੀ ਜਾਂਚ ਕੀਤੀ ਜਾਵੇ। ਸਾਨੂੰ ਤਾਂ ਲੱਗਦਾ ਸਾਡਾ ਬੱਚਾ ਨਿਰਦੋਸ਼ ਹੈਗਾ ਆ, ਫਿਰ ਵੀ ਉੱਥੋਂ ਦੀ ਸਰਕਾਰ ਨੂੰ ਚਾਹੀਦਾ ਕਿ ਇਹਦੀ ਕਾਰਵਾਈ ਕੀਤੀ ਜਾਵੇ, ਇਹਦੀ ਜਾਂਚ ਕੀਤੀ ਜਾਵੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਲੇਕਿਨ ਪਰਿਵਾਰਕ ਮੈਂਬਰਾਂ ਵੱਲੋਂ ਰੋ ਰੋ ਕੇ ਬੁਰਾ ਹਾਲ ਆ, ਕਿਉਂਕਿ ਬੱਚਾ ਆਸਟ੍ਰੇਲੀਆ ਗਿਆ ਸੀ ਘਰ ਦੇ ਹਾਲਾਤਾਂ ਨੂੰ, ਮਜਬੂਰੀ ਜਿਹੜੀ ਹੈਗੀ ਸੀ ਗਰੀਬੀ ਨੂੰ ਦੂਰ ਕਰਨ ਵਾਸਤੇ, ਲੇਕਿਨ ਬੁਰਿਆਂ ਵਕਤਾਂ ਨੂੰ ਫਸ ਗਿਆ ਇੱਕ ਕਤਲ ਮਾਮਲੇ ਦੇ ਵਿੱਚ। ਉੱਥੋਂ ਦੀ ਸਰਕਾਰ ਨੇ 22 ਸਾਲ ਦੀ ਸਜ਼ਾ ਇਸ ਨੌਜਵਾਨ ਨੂੰ ਦਿੱਤੀ ਹੈ। ਸੋਸ਼ਲ ਮੀਡੀਆ ਤੋਂ ਜ਼ਿਆਦਾ ਪਤਾ ਲੱਗਿਆ ਅਸਲ 'ਚ, ਕਿਉਂਕਿ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਨਾ, ਉਹਨਾਂ ਨੇ ਵੀ ਕੁਛ ਦੱਸਣ ਮਤਲਬ ਵੀ ਉਹ ਸਮਝਿਆ ਉਚਿਤ ਨਹੀਂ ਸਮਝਿਆ ਵੀ ਚਲੋ ਸੋਸ਼ਲ ਮੀਡੀਆ 'ਤੇ ਖਬਰਾਂ ਚੱਲੀਆਂ। ਪੜ੍ਹਿਆ ਤਾਂ ਜੀ ਇਹੀ ਹੈ ਵੀ ਅਖਬਾਰ ਦੇਖਿਆ ਸੀਗਾ ਅਸੀਂ ਉਹਦੇ 'ਚ, ਜਿਸ ਵਿੱਚ ਉਸਨੂੰ ਤਕਰੀਬਨ 2044 ਤੱਕ ਕਿਹਾ ਹੋਇਆ ਵੀ ਨੋਨ ਪਰੋਲ ਬੇਲ ਆ ਜੀ, ਅਤੇ ਵੀ ਉਦੋਂ ਤੱਕ ਉਹਨੂੰ ਬੇਲ ਨਹੀਂ ਮਿਲ ਸਕਦੀ। ਪਰ ਬੱਚਾ ਇਹੋ ਜਿਹਾ ਨਹੀਂ ਹੈਗਾ ਜੀ। ਕੇਸ ਕਾਹਦਾ ਪਾਇਆ? ਮਰਡਰ ਦਾ ਪਾਇਆ ਜੀ, ਲੜਕੀ ਦਾ। ਇਹ ਉਹਦੇ ਨਾਲ ਰਹਿੰਦੀ ਸੀ ਕੁੜੀ? ਕੋਈ ਨਹੀਂ, ਇਹ ਕੁੜੀ ਨਾਲ ਨਹੀਂ ਰਹਿੰਦੀ ਸੀ ਜੀ, ਹੈਗੇ ਰਿਲੇਸ਼ਨ ਸੀਗੇ ਪਰ ਕੁੜੀ ਨਾਲ ਨਹੀਂ ਰਹਿੰਦੀ ਸੀ। ਮਾੜੀ ਮੋਟੀ ਜਾਣ ਪਛਾਣ ਹੋ ਸਕਦੀ ਆ, ਫੌਰਨ 'ਚ ਨਹੀਂ ਜਾਣਦੇ ਆਪਾਂ। ਅਸੀਂ ਤਾਂ ਭਾਰਤ ਸਰਕਾਰ ਨੂੰ ਇਹ ਅਪੀਲ ਕਰ ਸਕਦੇ ਹਾਂ ਕਿ ਉਹ ਸਾਡੇ ਜਿਵੇਂ ਨਗਰ 'ਚ ਸ਼ੋਕ ਦੀ ਲਹਿਰ ਆ ਜੀ, ਪਰਿਵਾਰ ਨੂੰ ਤਾਂ ਚਲੋ ਹੋਣਾ ਹੀ ਆ, ਕੋਈ ਵੀ ਬੰਦਾ ਨਗਰ 'ਚ ਉਹਦੀ ਸਹੁੰ ਖਾਣ ਨੂੰ ਤਿਆਰ ਨਹੀਂ ਹੈਗਾ। ਕਦੇ ਕੋਈ ਬੜਾ ਹੀ ਸਾਊ ਸੀ, ਹੁਸ਼ਿਆਰ ਸੀਗਾ, ਵਧੀਆ ਜੋਬ ਮਿਲੀ ਸੀ। ਅਸੀਂ ਤਾਂ ਭਾਰਤ ਸਰਕਾਰ ਨੂੰ ਉਹੀ ਬੇਨਤੀ ਕਰਾਂਗੇ ਵੀ ਉਹਦੀ ਕੋਈ ਕਾਨੂੰਨੀ ਕਾਰਵਾਈ, ਕੋਈ ਅਪੀਲ ਕੀਤੀ ਜਾਵੇ, ਉਹਨੂੰ ਉੱਧਰੋਂ ਡਿਵੋਰਟ ਕਰਾਇਆ ਜਾਵੇ, ਤਾਂ ਕਿ ਚਾਹੇ ਇੱਧਰ ਜਿੱਡਾ ਚਿਰ ਕੋਈ ਕੇਸ ਹੈ ਇੱਧਰ ਇੰਡੀਆ ਦੀ ਜੇਲ੍ਹ 'ਚ ਰਹਿ ਜਾਵੇ, ਆਪਾਂ ਮਾਪੇ ਉਹਨੂੰ ਦੇਖ ਤਾਂ ਸਕਣਗੇ।